ਦੇ ਛਾਂਗਾ ਰਾਏ ਹਿਠਾੜ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲਾ ਕੇ ਢਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਮੀਨ ਵਿੱਚ ਇੱਕ ਰਹਿਣ ਲਈ ਕਮਰਾ ਅਤੇ ਪਛੂਆਂ ਲਈ ਛੰਨ ਬਣਾਈ ਹੋਈ ਸੀ, ਜਿੱਥੇ ਕਿ ਬੀਤੇ ਦਿਨੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਬਾਅਦ ਵਿੱਚ ਕਮਰੇ ਨੂੰ ਢਾਹ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਸਰਪੰਚੀ ਦੇ ਇਲੈਕਸ਼ਨ ਦੀ ਰੰਜਿਸ਼ ਦੇ ਕਾਰਨ ਇਹ ਸਾਰਾ ਕੁਝ ਮੌਜੂਦਾ ਪਿੰਡ ਦੇ ਸਰਪੰਚ ਵੱਲੋਂ ਕਰਵਾਇਆ ਗਿਆ। ਜਦ ਇਸ ਮਾਮਲੇ ਸੰਬੰਧੀ ਪਿੰਡ ਦੇ ਸਰਪੰਚ ਬਚਨ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਸਾਰੇ ਇਲਜ਼ਾਮ ਝੂਠੇ ਨੇ। ਦੂਜੇ ਪਾਸੇ ਪੀੜਿਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਾਰੇ ਜ਼ਮੀਨ ਸਾਡੀ ਮਾਲਕ ਹਰਦੌਲੀ ਸਾਡੀ ਇੰਤਕਾਲ ਸਾਡਾ, ਇਹਦੇ ਵਿੱਚ ਜਿਹੜੇ ਬੰਦੇ ਬਾਹਰੋਂ ਆਏ ਨੇ ਜਿਸ ਕਾਰਨ ਆਏ ਨੇ ਉਹ ਜੋ ਬਚਨ ਸਿੰਘ ਸਰਪੰਚ ਹੈ ਨਾ ਉਹਦੇ ਕਹਿਣ 'ਤੇ ਆਉਂਦੇ ਆ। ਸਾਡਾ ਇਲੈਕਸ਼ਨ ਦਾ ਮਸਲਾ ਸੀਗਾ, ਉਹਦੇ ਕਰਕੇ ਇਹ ਬੰਦੇ ਭੜਕਾ ਦਿੰਦੇ, ਭੜਕਾ ਕੇ ਲਿਆਉਂਦਾ, ਮੁੰਡੇ ਲਿਆਉਂਦਾ। ਅੱਜ 10-15 ਦਿਨ ਹੋ ਗਏ ਨੇ ਇਹ ਵਾਰ ਵਾਰ ਸਾਡੇ 'ਤੇ ਅਟੈਕ ਕਰਾ ਰਿਹਾ। ਜੇਕਰ ਇਸ ਤੋਂ ਬਾਅਦ ਕੋਈ ਜਾਨੀ ਕੋਈ ਨੁਕਸਾਨ ਹੋ ਜਾਂਦਾ ਇਹਦਾ ਜ਼ਿੰਮੇਵਾਰ ਬਚਨ ਸਿੰਘ ਸਰਪੰਚ ਹੋਏਗਾ। ਕੋਈ ਸਮਝ ਨਹੀਂ ਲੱਗਦੀ, ਆਏ ਨੇ ਗੁਲਾਬੇ ਵਿੱਚ ਹੀ ਆਏ। ਕਿੰਨੇ ਬੰਦੇ ਸੀਗੇ? ਕੋਈ ਸਮਝ ਨਹੀਂ ਲੱਗਦੀ, ਮੇਰੇ ਬੰਦੇ ਹੀ ਬੰਦੇ। ਕੋਈ ਬੰਦੇ ਹੈਗੇ ਸੀ ਕੋਈ 30-40 ਤਾਂ ਲਗਭਗ? ਕਿੰਨੇ ਬੰਦੇ ਸੀਗੇ? 50-60 ਹੈਗੇ, ਬੱਚੇ ਹੈਗੇ ਸੀ 4, ਉਹ ਵੀ ਸਾੜ ਗਏ, ਬਿਸਤਰੇ ਵੀ ਹਾਰ ਗਏ, ਮੰਜੇ ਵੀ ਹਾਰ ਗਏ, ਸਭ ਕੁਛ ਹਾਰ ਗਏ ਸਾਡਾ। ਅਤੇ ਸਾਡਾ ਸਮਾਨ ਇੰਨਾ ਹੈਗਾ ਸੀ, ਸਾਰਾ ਕੁਛ ਟੀਵੀ ਲੱਗਾ ਹੋਇਆ, ਅਤੇ ਉਹ ਮੈਂ ਘਰ ਨਹੀਂ ਖੜ੍ਹਨੀ ਹਾਂ, ਅਤੇ ਸਭ ਕੁਛ ਹੀ ਸਾੜ ਗਏ। ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ, ਇੱਥੇ ਅਣਪਛਾਤੇ ਬੰਦੇ ਆਏ ਨੇ, ਅਸੀਂ ਬੰਦੇ ਨੂੰ ਵੇਖੇ ਕਿਉਂਕਿ ਉਹਨਾਂ ਨੂੰ ਮੂੰਹ ਸਿਰ ਸਾਰੇ ਬੰਨੇ ਹੋਏ ਸੀ। ਸਾਨੂੰ ਇੰਨਾ ਕੁ ਪਤਾ ਹੈ ਵੀ ਸਾਡੀ ਜਿਹੜਾ ਪਿੰਡ ਦਾ ਸਰਪੰਚ ਹੈ ਉਹਨੇ ਬੰਦੇ ਭੇਜੇ ਹੋਏ ਸੀ, ਕਿਉਂਕਿ ਪਹਿਲਾਂ ਅਸੀਂ ਕਾਰਵਾਈ ਕੀਤੀ ਸੀ ਥਾਣੇ ਵਿੱਚ, ਅਤੇ ਉਹ ਹੁਣ ਸੁਬਾਹ ਦਾ ਉੱਥੇ ਹੀ ਬੈਠਾ ਹੋਇਆ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।